ਐਂ ਕਰਦੇ ਹਾਂ, ਸਹੁੰ ਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣ, ਊਂ ਤਾਂ 33 ਵਾਲਾ ਪਾਸ ਹੁੰਦਾ ਨਾ, ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ, ਲਿਖਤੀ ਪੇਪਰ ਦੇ ਦੇਣ, 20 ਨੰਬਰ ਲੈ ਕੇ ਦਿਖਾ ਦੇਣ, ਨਾਲੇ ਪੇਪਰ ਵੀ ਮੈਂ ਕੋਈ ਐਂ ਔਖਾ ਨਹੀਂ ਪਾਉਣਾ, ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ। ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ, ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ, ਪਤਾ ਮੈਨੂੰ ਵੀ ਇਹ ਚੰਡੀਗੜ੍ਹ, ਪਰ ਮੈਨੂੰ ਇੰਨਾ ਪਤਾ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ। ਚੱਚੇ ਦੇ ਉੱਤੇ ਟਿੱਪੀ, ਡੱਡੇ ਨੂੰ ਸਿਹਾਰੀ, ਗਾਹਗਾ ਗੱਗਾ, ਰਾੜੇ ਦੇ ਪੈਰ 'ਚ ਹਾਹਾ, ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾਹਾ। ਸਹੀ ਗੱਲ ਹੈ ਨਾ, ਪੰਜਾਬ 'ਤੇ ਰਾਜ ਕਰਨ ਨੂੰ ਫਿਰਦੇ ਹੈ। ਤੁਹਾਡੇ ਕੋਲ ਬੜੇ ਅੱਛੇ ਮੁੱਖ ਮੰਤਰੀ ਰਹੇ, ਪ੍ਰਤਾਪ ਸਿੰਘ ਕੈਰੋਂ ਵਰਗੇ ਔਰ ਜਸਟਿਸ ਗੁਰਨਾਮ ਸਿੰਘ ਜੀ ਵਰਗੇ, ਜਿਨ੍ਹਾਂ ਨੇ ਜਿਹੜੇ ਨਾ ਸਿਰਫ ਲਿਆਕਤ ਰੱਖਦੇ ਸੀ ਲੇਕਿਨ ਤਮੀਜ਼ ਵੀ ਰੱਖਦੇ ਸੀਗੇ। ਇਹ ਤਾਂ ਬਦਤਮੀਜ਼ ਆਦਮੀ ਹੋ ਗਿਆ ਵਾ, ਇਹਦੇ ਨਾਲ ਤਾਂ ਮੈਂ ਕਹਿੰਦਾ 100 ਗੁਣਾ ਚੰਗਾ ਵੱਡੇ ਬਾਦਲ ਸਾਹਿਬ ਸੀਗੇ, ਘੱਟੋ ਘੱਟ ਤਮੀਜ਼ ਨਾਲ ਬੋਲਦੇ ਤਾਂ ਸੀ, 100 ਖਾਮੀਆਂ ਹੋ ਸਕਦੀਆਂ ਉਹਨਾਂ ਦੇ ਵਿੱਚ, ਪਰ ਬੋਲਣ ਲੱਗੇ ਤਾਂ ਤਮੀਜ਼ ਤੇ ਲਹਿਜਾ ਰੱਖਦੇ ਸੀਗੇ। ਕੈਪਟਨ ਅਮਰਿੰਦਰ ਸਿੰਘ 100 ਗੁਣਾ ਇਹਦੇ ਨਾਲ ਬਿਹਤਰੀਨ ਇਨਸਾਨ ਇਸ ਵਕਤ ਤੋਂ, ਉਹ ਘੱਟੋ ਘੱਟ ਰਿਸਪੈਕਟ ਕਰਦਾ ਸੀ, ਉਹ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਵੀ ਮਿਲਦਾ ਸੀਗਾ, ਜੱਫੀ ਪਾ ਕੇ ਮਿਲਦਾ ਸੀ। ਮੈਂ ਦੋਸਤੋ, ਮੈਨੂੰ ਨਾ ਅੱਜ ਪੰਜਾਬ 'ਤੇ ਤਰਸ ਆ ਰਿਹਾ ਵਾ ਕਿ ਕਿਸ ਤਰ੍ਹਾਂ ਇੱਕ ਸ਼ਰਾਬੀ ਦੇ ਹੱਥ ਵਾਗਡੋਰ ਆ ਗਈ ਹੈ ਔਰ ਉਹ ਨਸ਼ੇ ਵਿੱਚ ਧੁੱਤ ਹਰ ਵਕਤ, ਇੱਕ ਸੱਤਾ ਦਾ ਨਸ਼ਾ, ਇੱਕ ਸ਼ਰਾਬ ਦਾ ਨਸ਼ਾ, ਔਰ ਇੱਦਾਂ ਦੀਆਂ ਭੈੜੀਆਂ ਭੈੜੀਆਂ ਗੱਲਾਂ ਕਰਦਾ, ਨਾ ਸਿਰਫ ਆਪਣਾ ਮਜ਼ਾਕ ਉਡਾਉਂਦਾ ਲੇਕਿਨ ਦੂਸਰਿਆਂ ਦਾ ਮਜ਼ਾਕ ਵੀ ਉਡਾਉਂਦਾ, ਆਪਣੇ ਸੂਬੇ ਦਾ ਮਜ਼ਾਕ ਉਡਾਉਂਦਾ, ਆਪਣੀ ਜ਼ੁਬਾਨ ਦਾ ਮਜ਼ਾਕ ਉਡਾਉਂਦਾ। ਅੱਜ ਤੁਸੀਂ ਸਭ ਨੇ ਉਹਦੀ ਵੀਡੀਓ ਸੁਣ ਲਈ ਆ ਕਿ ਆਹ ਜਿਹੜੇ 5-4 ਨਾਮ ਲੈ ਕੇ ਸਮੇਤ ਮੇਰੇ, ਕਿ ਇਹਨਾਂ ਨੂੰ ਤਾਂ ਕੁਛ ਆਉਂਦਾ ਹੀ ਨਹੀਂ ਗਾ, ਤਾਂ ਪਰੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਨੇ, ਇਹਨਾਂ ਨੂੰ ਪੰਜਾਬੀ ਦਾ ਕੋਈ ਸ਼ਬਦ ਨਹੀਂ ਆਉਂਦਾ, ਇਹਨਾਂ ਨੂੰ ਮੈਂ ਕਹਿ ਦਿੰਦਾ ਕਿ ਤੁਹਾਡਾ ਮੈਂ ਪੇਪਰ ਸੈੱਟ ਕਰ ਦਿੰਦਾ, ਲੀਕ ਵੀ ਕਰ ਦੂੰਗਾ। ਇੱਕ ਹੋਰ ਆਪਣਾ ਕਿਰਦਾਰ ਇਹਨੇ ਪੇਸ਼ ਕੀਤਾ ਕਿ ਮੈਂ ਚੀਟ ਵੀ ਹਾਂ, ਮੈਂ ਬੇਈਮਾਨ ਵੀ ਹਾਂ, ਔਰ ਨਾਲ ਕਿ ਤੁਸੀਂ ਚੰਡੀਗੜ੍ਹ ਲਿਖ ਕੇ ਦਿਖਾ ਦਿਓ। ਆਪੇ ਚੰਡੀਗੜ੍ਹ ਦੇ ਲਫ਼ਜ਼ ਬੋਲੇ, ਆਪੇ ਚੰਡੀਗੜ੍ਹ ਦੇ ਲਫ਼ਜ਼ ਗਲਤ ਬੋਲੇ ਪੰਜਾਬੀ ਦੇ ਵਿੱਚ। ਨਾ ਸਿਰਫ ਪੰਜਾਬੀ ਭਾਸ਼ਾ ਦੇ ਇਸ ਛੋਟੇ ਜਿਹੇ ਇਮਤਿਹਾਨ ਵਿੱਚ ਇਹ ਫੇਲ ਹੋਇਆ, ਪਰੰਤੂ ਇੱਕ ਵੱਡੀ ਤਸਵੀਰ ਦੇਖੀਏ ਤਾਂ ਇਹਦੇ 'ਚ ਜਿਹੜੀਆਂ ਖਾਮੀਆਂ ਨੇ, ਇਹ ਕਿਉਂ ਇਸ ਤਰ੍ਹਾਂ ਬੋਲ ਰਿਹਾ ਵਾ, ਇਹਦਾ ਕਿਰਦਾਰ ਕਿਸ ਤਰ੍ਹਾਂ ਦਾ ਵਾ, ਉਹਦੇ 'ਤੇ ਮੈਂ ਚੰਦ ਜੇ ਸ਼ਬਦ ਕਹਿਣਾ ਚਾਹੁੰਦਾ। ਪਹਿਲੀ ਗੱਲ ਨਾ, ਇੱਕ ਫਾਰਸੀ ਦਾ ਇੱਕ ਸ਼ਬਦ ਹੈ, ਅਹਿਸਾਸੇ ਕਮ ਤਰੀ। ਜਦੋਂ ਬੰਦੇ ਨੂੰ ਆਪਣੇ ਆਪ ਵਿੱਚ ਕੋਈ ਸੈਲਫ ਕੌਨਫੀਡੈਂਸ ਨਹੀਂ ਹੁੰਦਾ ਜਾਂ ਉਹ ਇਨਫੀਰੀਓਰਿਟੀ ਕੰਪਲੈਕਸ ਦਾ ਇੱਕ ਸ਼ਿਕਾਰ ਹੁੰਦਾ ਕਿ ਮੈਂ ਦੂਸਰੇ ਆਦਮੀਆਂ ਦੇ ਨਾਲ ਕਿਵੇਂ ਬੈਠਾਂਗਾ, ਇਹ ਮੇਰੇ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ, ਇਹ ਮੇਰੇ ਤੋਂ ਜ਼ਿਆਦਾ ਅੱਛਾ ਜ਼ੁਬਾਨ ਬੋਲ ਸਕਦੇ ਨੇ, ਕਈ ਜ਼ੁਬਾਨਾਂ ਬੋਲ ਸਕਦੇ ਹਨ, ਇਸ ਤਰ੍ਹਾਂ ਦੇ ਜਿਹੜੇ ਸ਼ਿਕਾਰ ਹੁੰਦੇ ਨੇ ਇਨਫੀਰੀਓਰਿਟੀ ਕੰਪਲੈਕਸ ਦੇ ਲੋਕ, ਉਹ ਫਿਰ ਆਪਣੀ ਇੱਦਾਂ ਹੀ ਭੜਾਸ ਕੱਢਦੇ ਆ। ਔਰ ਨਾਲ ਨਾਲ ਇਹਦੀ ਨਫ਼ਰਤ ਦੀ ਭਾਵਨਾ ਦੇਖੋ ਤੁਸੀਂ ਆਪਣੇ ਪੋਲੀਟੀਕਲ ਓਪੋਨੈਂਟਸ ਵਾਸਤੇ ਇਹ ਕਿੰਨੀ ਨਫ਼ਰਤ ਦੀ ਭਾਵਨਾ ਨਾਲ ਰੱਖਿਆ, ਔਰ ਖਾਸ ਤੌਰ 'ਤੇ ਮੇਰੇ ਖਿਲਾਫ਼ ਤਾਂ ਇੱਦਾਂ ਦੇ ਅਪਸ਼ਬਦ ਬੋਲਦਾ ਜਿਹੜੇ ਕਿ ਮੈਂ ਸਮਝਦਾ ਕਿ ਇਹਦੀ ਜ਼ੁਬਾਨ ਗੰਦੀ ਹੁੰਦੀ, ਮੇਰਾ ਉਹਦੇ 'ਚ ਕੁਛ ਨਹੀਂ ਜਾਂਦਾ। ਔਰ ਮੈਂ ਕਹਿਣਾ ਚਾਹੁੰਦਾ ਕਿ ਕਿੱਥੇ ਪੰਜਾਬ ਸਾਡਾ ਮਹਾਰਾਜਾ ਰਣਜੀਤ ਸਿੰਘ, ਔਰ ਇਹ ਬੋਲ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸਮਾਗਮ 'ਤੇ, ਕੁਛ ਤਾਂ ਸ਼ਰਮ ਕਰ ਲਾ ਥੋੜ੍ਹੀ ਜੀ, ਤੂੰ ਮਹਾਰਾਜਾ ਰਣਜੀਤ ਸਿੰਘ ਦੇ ਜੋ ਪ੍ਰਾਪਤੀਆਂ ਸੀ, ਜਿਸ ਢੰਗ ਦੇ ਨਾਲ ਉਹਨਾਂ ਨੇ ਇੱਕ ਵਿਸ਼ਾਲ ਖਾਲਸਾ ਸਿੱਖ ਰਾਜ ਸਥਾਪਿਤ ਕੀਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਇਨਸਾਫ਼ ਪਸੰਦੀ ਦਾ ਰਾਜ ਕੀਤਾ, ਤੇਰੇ ਵਾਂਗੂ ਮੂਰਖਤਾਈ ਦਾ ਰਾਜ ਨਹੀਂ ਕੀਤਾ। ਔਰ ਮੈਨੂੰ ਤਰਸ ਆਉਂਦਾ ਕਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਸ਼ੁਰੂ ਹੋ ਕੇ ਸਾਡੇ ਕੋਲ ਬੜੇ ਅੱਛੇ ਮੁੱਖ ਮੰਤਰੀ ਰਹੇ, ਪ੍ਰਤਾਪ ਸਿੰਘ ਕੈਰੋਂ ਵਰਗੇ ਔਰ ਜਸਟਿਸ ਗੁਰਨਾਮ ਸਿੰਘ ਜੀ ਵਰਗੇ, ਜਿਨ੍ਹਾਂ ਨੇ ਜਿਹੜੇ ਨਾ ਸਿਰਫ ਲਿਆਕਤ ਰੱਖਦੇ ਸੀ ਲੇਕਿਨ ਤਮੀਜ਼ ਵੀ ਰੱਖਦੇ ਸੀਗੇ। ਇਹ ਤਾਂ ਬਦਤਮੀਜ਼ ਆਦਮੀ ਹੋ ਗਿਆ ਵਾ, ਇਹਦੇ ਨਾਲ ਤਾਂ ਮੈਂ ਕਹਿੰਦਾ 100 ਗੁਣਾ ਚੰਗਾ ਵੱਡੇ ਬਾਦਲ ਸਾਹਿਬ ਸੀਗੇ, ਘੱਟੋ ਘੱਟ ਤਮੀਜ਼ ਨਾਲ ਬੋਲਦੇ ਤਾਂ ਸੀ, 100 ਖਾਮੀਆਂ ਹੋ ਸਕਦੀਆਂ ਉਹਨਾਂ ਦੇ ਵਿੱਚ, ਪਰ ਬੋਲਣ ਲੱਗੇ ਤਾਂ ਤਮੀਜ਼ ਤੇ ਲਹਿਜਾ ਰੱਖਦੇ ਸੀਗੇ। ਕੈਪਟਨ ਅਮਰਿੰਦਰ ਸਿੰਘ 100 ਗੁਣਾ ਇਹਦੇ ਨਾਲ ਬਿਹਤਰੀਨ ਇਨਸਾਨ ਇਸ ਵਕਤ ਤੋਂ,
ਉਹ ਘੱਟੋ ਘੱਟ ਰਿਸਪੈਕਟ ਕਰਦਾ ਸੀ, ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਮਿਲਦਾ ਸੀਗਾ, ਜੱਫੀ ਪਾ ਕੇ ਮਿਲਦਾ ਸੀ। ਮੈਂ ਜਦੋਂ ਇੱਕ ਵਾਰੀ ਲੀਡਰ ਆਫ ਓਪੋਜੀਸ਼ਨ ਸੀਗਾ ਤੇ ਮੈਂ ਇੱਕ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਨੂੰ ਉਹਨੇ ਫਾਈਲ ਭੇਜਤੀ ਕਿ ਤੁਸੀਂ ਆਹ ਨਾਮ ਅਪਰੂਵ ਕਰ ਦਿਓ, ਮੈਂ ਰਿਜੈਕਟ ਕਰਤੀ। ਮੈਂ ਕਿਹਾ ਪਹਿਲਾਂ ਮੀਟਿੰਗ ਰੱਖੋ, ਮੈਂ ਸਾਰੇ ਮੈਰਿਟਸ ਦੇਖ ਕੇ ਤੇ ਫਿਰ ਕੈਂਡੀਡੇਟ ਜਿਹੜੇ ਨੇ ਉਹਨਾਂ ਦੇ ਆਪਣੀ ਅਪਰੂਵਲ ਦਊਂਗਾ। ਤਾਂ ਇਹਨਾਂ ਨੇ ਮੀਟਿੰਗ ਰੱਖ ਦਿੱਤੀ ਮੁੱਖ ਮੰਤਰੀ ਦੇ ਨਿਵਾਸ ਤੇ, ਉੱਥੇ ਸਪੀਕਰ ਸਾਹਿਬ ਵੀ ਸੀਗੇ, ਉੱਥੇ ਇੱਕ ਦੋ ਸੀਨੀਅਰ ਮਿਨਿਸਟਰ ਸੀ ਕੈਪਟਨ ਅਮਰਿੰਦਰ ਸਿੰਘ। ਪਰ ਜਦੋਂ ਮੈਂ ਮਿਲਣ ਗਿਆ ਉਹਨਾਂ ਨੂੰ, ਡੂੰਘੇ ਜਿਹੇ ਸੋਫੇ ਤੇ ਬੈਠੇ ਸੀ, ਉਹਨਾਂ ਨੂੰ ਉੱਠਣਾ ਮੁਸ਼ਕਿਲ ਸੀਗਾ, ਪਰ ਉਹਨਾਂ ਨੇ ਉੱਠ ਕੇ ਮੈਨੂੰ ਮਿਲੇ, ਹਾਲਾਂਕਿ ਮੈਂ ਉਦੋਂ ਉਹਨਾਂ ਦੇ ਬੱਚਿਆਂ ਵਰਗਾ ਸੀਗਾ। ਔਰ ਉਹਨਾਂ ਨੇ ਉੱਠ ਕੇ ਮੇਰੇ ਨਾਲ ਹੱਥ ਮਿਲਾਇਆ ਔਰ ਮੈਨੂੰ ਜੱਫੀ ਪਾ ਕੇ ਮੇਰੇ ਨਾਲ ਪਿਆਰ ਕੀਤਾ, ਔਰ ਇਹ ਵੀ ਕਿਹਾ ਕਿ ਸੁਖਪਾਲ ਮੈਂ ਬੜਾ ਖੁਸ਼ ਹਾਂ ਕਿ ਤੂੰ ਇੱਕ ਬਤੌਰ ਲੀਡਰ ਆਫ ਓਪੋਜੀਸ਼ਨ ਦਾ, ਵਿਰੋਧੀ ਧਿਰ ਦੇ ਆਗੂ ਦਾ, ਇੱਕ ਬੜਾ ਬਿਹਤਰੀਨ ਰੋਲ ਅਦਾ ਕਰ ਰਿਹਾ। ਇਹ ਸਾਡੀ ਦੋਨਾਂ ਦੀ ਆਪਸ ਵਿੱਚ ਕਨਵਰਸੇਸ਼ਨ ਹੋਈ, ਬਹੁਤ ਹੀ ਕਦੀ ਗੱਲ ਬਾਹਰ ਨਹੀਂ ਕੀਤੀ। ਇੱਕ ਉਹ ਸੀ ਆਦਮੀ ਤੇ ਇੱਕ ਆਹ ਆਦਮੀ ਜਿਹੜਾ ਮਤਲਬ ਕਿ ਜਿਸ ਨੂੰ ਬੋਲਣ ਦੀ ਤਮੀਜ਼ ਨੀਗੀ, ਜਿਹੜਾ ਹਰ ਵਕਤ ਝੇਡਾਂ ਕਰਦਾ ਵਾ ਔਰ ਪੁਲਿਸ ਤੰਤਰ ਦੇ ਨਾਲ ਇਹਨੇ ਉਹ ਆਪਣੇ ਪੋਲੀਟੀਕਲ ਵਿਰੋਧੀਆਂ ਨੂੰ ਡਰਾਇਆ ਹੋਇਆ, ਧਮਕਾਇਆ ਹੋਇਆ, ਉਹਨਾਂ ਤੇ ਪਰਚੇ ਦਰਜ ਕੀਤੇ। ਅੱਜ ਤੁਸੀਂ ਦੇਖੋਗੇ, ਮਾਫ਼ ਕਰਨਾ ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਬਾਰੇ, ਲੇਕਿਨ ਅੱਜ ਓਪੋਜੀਸ਼ਨ ਹੈ ਕਿੱਥੇ ਪੰਜਾਬ ਦੇ ਵਿੱਚ? ਇਹਨੇ ਆਪਣੇ ਪੁਲਿਸ ਦੇ ਡੰਡਾ ਰਾਜ ਦੇ ਨਾਲ ਸਾਰਿਆਂ ਦੇ ਪਰਚੇ ਦਰਜ ਕਰਕੇ ਤੇ ਉਹਨਾਂ ਨੂੰ ਡਰਾਇਆ। ਜਿਹੜੇ ਜਿਹਨਾਂ ਤੇ ਨਹੀਂ ਦਰਜ ਕੀਤੇ ਉਹ ਵਿਚਾਰੇ ਉਦਾਂ ਸਹਿਮ ਗਏ ਨੇ। ਮੇਰੇ ਤੇ ਕਿੱਡਾ ਵੱਡਾ ਝੂਠਾ ਪਰਚਾ NDPS ਦਾ ਦਰਜ ਕੀਤਾ, ਔਰ ਜਦੋਂ ਮੇਰੀ ਬੇਲ ਹੋ ਰਹੀ ਸੀ 4 ਜਨਵਰੀ 2024 ਨੂੰ, ਇਹਨੇ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਤੇ ਹੁਣ ਕੋਠਿਆਂ ਤੇ ਚੜ੍ਹ ਕੇ ਰੋਂਦੇ ਨੇ ਜਦੋਂ ਕੇਜਰੀਵਾਲ ਨਾਲ ਸਭ ਕੁਝ ਉਹੀ ਹੋ ਰਿਹਾ। ਮੈਂ ਕਈ ਵਾਰ ਕਿਹਾ ਜੋ ਬੀਜੋਗੇ ਉਹੀ ਵੱਟੋਗੇ। ਹੁਣ ਕੇਜਰੀਵਾਲ ਤੇ ਜਿੱਦਣ ਜਮਾਨਤ ਹੋਣ ਲੱਗੀ, ਉਹਨਾਂ ਨੇ ਇੱਕ CBI ਨੇ ਹੋਰ ਪਰਚਾ ਦਰਜ ਕਰਕੇ ਅਰੈਸਟ ਕਰ ਲਿਆ। ਔਰ ਮੈਂ ਸਮਝਦਾ ਕਿ ਰਾਜ ਸੱਤਾ ਸਦਾ ਨਹੀਂ ਰਹਿੰਦੀ ਭਗਵੰਤ, ਤੂੰ ਬਹੁਤ ਵੱਡੇ ਭੁਲੇਖੇ ਵਿੱਚ ਆ, ਇਹ ਤਾਂ ਬਦਲਦੀਆਂ ਰਹਿੰਦੀਆਂ, ਇਹ ਤਾਂ ਵੱਡੇ ਵੱਡੇ ਆਦਮੀ ਇੱਥੇ ਬਾਦਸ਼ਾਹ ਲੋਕ ਨਹੀਂ ਰਹੇ। ਇਸ ਕਰਕੇ ਥੋੜਾ ਜਿਹਾ ਆਪਣੇ ਕੀ ਕਹਿੰਦੇ ਹੁੰਦੇ ਕਿ ਉਹਦੇ ਵਿੱਚ ਦਾਇਰੇ ਵਿੱਚ ਰਹੋ। ਚੀਫ ਮਿਨਿਸਟਰ ਬਣਨਾ ਇਹਦਾ ਮਤਲਬ ਨਹੀਂ ਤੁਸੀਂ ਖੁਦਾ ਬਣ ਗਏ ਹੋ। ਔਰ ਮੈਂ ਬਹੁਤ ਸਾਰੀਆਂ ਹੋਰ ਗੱਲਾਂ, ਤੁਸੀਂ ਪੰਜਾਬ ਦੇ ਜਿਹੜੇ ਮਸਲੇ ਹੱਲ ਉਹਦੇ ਬਾਰੇ ਤਾਂ ਕਦੀ ਚਰਚਾ ਨਹੀਂ ਕੀਤੀ, ਕਦੀ ਨਸ਼ਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਹੈ ਕਿਸੇ ਨਾਲ? ਸਦਨ ਵਿੱਚ ਚਰਚਾ ਕੀਤੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ਼ ਦੇਣ ਵਾਸਤੇ ਕਦੀ ਗੱਲ ਕੀਤੀ ਹੈ? ਅੱਜ ਪੰਜਾਬ ਦੇ ਵਿੱਚ ਬੇਤਹਾਸ਼ਾ ਕਤਲੋਗਾਰਤ ਹੋ ਰਹੀ ਲਾਅ ਐਂਡ ਆਰਡਰ, ਉਹਦੇ ਬਾਰੇ ਕਦੀ ਚਰਚਾ ਕੀਤੀ ਹੈ? ਅੱਜ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਿਹਾ ਵਾ, ਕਦੀ ਇਹਨਾਂ ਮੁੱਦਿਆਂ ਦੇ ਉੱਤੇ ਕਦੀ ਚਰਚਾ ਕੀਤੀ ਹੈ? ਕਦੀ ਮੇਰਾ ਜਿਹੜਾ ਤੁਹਾਨੂੰ ਤਜਵੀਜ਼ ਦਿੱਤੀ ਸੀ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਵਾਸਤੇ ਕੁਛ ਸ਼ਰਤਾਂ ਰੱਖੋ, ਕੁਛ ਕਾਨੂੰਨ ਬਣਾਓ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ, ਤੁਸੀਂ ਉਹਦੇ ਤੇ ਕਦੀ ਨੇ ਚਰਚਾ ਕੀਤੀ? ਉਹਦੇ ਤੇ ਵੀ ਤੁਸੀਂ ਝੇਡਾਂ ਕਰਦੇ ਹੋ ਦੂਸਰਿਆਂ ਨੂੰ, ਔਰ ਸਾਡੇ ਨੌਜਵਾਨਾਂ ਤੇ ਤੁਸੀਂ NSA ਲਾ ਕੇ, ਦਿੱਲੀ ਵਾਲਿਆਂ ਦੇ ਕਹਿਣ ਤੇ ਆਪਣੇ ਜਿਹੜੇ ਤੁਹਾਡੇ ਬੌਸ ਨੇ ਦਿੱਲੀ ਵਾਲੇ, ਦੋ ਬੌਸ ਨੇ, ਇੱਕ ਤਾਂ ਕੇਜਰੀਵਾਲ ਫਰਜ਼ੀ ਬੌਸ ਹੈ, ਇੱਕ ਜਿਹੜੀ BJP ਤੇਰੀ ਅਸਲੀ ਬੌਸ ਹੈ, ਉਹਦੇ ਤੇ ਕਹਿਣ ਤੇ ਸਾਡੇ ਨੌਜਵਾਨਾਂ ਨੂੰ NSA ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਚ ਭੇਜਤਾ, ਸਾਲ ਖਤਮ ਹੋਇਆ ਸਾਲ ਲਈ ਹੋਰ ਐਕਸਟੈਂਡ ਕਰ ਦਿੱਤੀ। ਕਦੀ ਇਦਾਂ ਦਾ ਮੁੱਖ ਮੰਤਰੀ ਪੰਜਾਬ ਨੇ ਦੇਖਿਆ ਜਿਹੜਾ ਆਪਣੇ ਹੀ ਨੌਜਵਾਨਾਂ ਤੇ ਸਿੱਖਾਂ ਦੇ NSA ਲਾ ਕੇ ਉੱਧਰ ਦੂਜੇ ਸਟੇਟਾਂ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਭੇਜਦੇ? ਕੁਛ ਥੋੜੀ ਜਿਹੀ ਸ਼ਰਮ ਕਰ ਔਰ ਥੋੜੀ ਜਿਹੀ ਜ਼ੁਬਾਨ ਆਪਣੀ ਕੰਟਰੋਲ ਕਰ, ਕਿਉਂਕਿ ਜਿੱਦਾਂ ਮੈਂ ਕਿਹਾ ਕਿ ਜੋ ਬੀਜੋਗੇ ਉਹੀ ਵੱਢੋਗੇ। ਇਹ ਸਮਾਂ ਬੜਾ ਬਲਵਾਨ ਹੁੰਦਾ, ਇਹਦਾ ਪਤਾ ਨਹੀਂ ਕਿੱਦਣ ਕਰਵਟ ਲੈ ਲੈਣੀ ਆ ਤੇ ਮੁੜ ਕੇ ਉਹੀ ਤੁਹਾਨੂੰ ਫੇਸ ਕਰਨਾ ਪੈਣਾ ਜਿਹੜਾ ਤੁਸੀਂ ਲੋਕਾਂ ਦੇ ਦੂਜਿਆਂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਜ਼ਿਆਦਤੀਆਂ ਕੀਤੀਆਂ, ਧੱਕਾ ਕੀਤਾ, ਗਲਤ ਕੀਤਾ। ਔਰ ਮੈਂ ਪਿਛਲੇ ਦਿਨਾਂ ਵਿੱਚ ਇਹਦੇ ਖਿਲਾਫ ਬੇਨਾਮੀ ਜ਼ਮੀਨ ਦਾ, ਕਿਸ ਤਰ੍ਹਾਂ ਇਹਦੀ ਸਕੀ ਭੂਆ ਨੇ ਇਹਦੀ ਆਪਣੀ ਮਾਤਾ ਨੂੰ ਲਗਭਗ 5 ਕਿੱਲੇ ਜ਼ਮੀਨ ਜਿਹੜੀ 3 ਕਰੋੜ ਦੀ ਆ ਹੰਡਾਏ ਢੈਪੀ ਪਿੰਡ ਵਿੱਚ ਆ ਮਾਨਸਾ ਬਠਿੰਡਾ ਰੋਡ ਤੇ, ਉਹ ਹਿਬਾ ਕਰ ਦਿੱਤਾ, ਗਿਫਟ ਕਰ ਦਿੱਤੀ, ਦਾਨ ਕਰ ਦਿੱਤਾ। ਮੁੱਖ ਮੰਤਰੀ ਹੈ ਇਹ, ਲੇਕਿਨ ਉਹ ਸਧਾਰਨ ਵਿਅਕਤੀ ਨੇਗਾ, ਇਹਨੂੰ ਹਰ ਗੱਲ ਦੱਸਣੀ ਚਾਹੀਦੀ ਕਿ ਮੈਂ 3 ਕਰੋੜ ਰੁਪਏ ਦਾ ਜਿਹੜਾ ਸੀਗਾ ਗਿਫਟ ਕਿਉਂ ਲਈ, ਹਿਬਾ ਕਿਉਂ ਲਿਆ, ਕਿ ਉਹਦੇ ਇਫਸ ਵਿੱਚ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਕੰਮ ਲੈ ਕੇ ਦਿੱਤਾ ਸੀ, ਲੇਕਿਨ ਉਹਦੇ 'ਤੇ ਕੋਈ ਜ਼ੁਬਾਨ ਨਹੀਂ ਖੁੱਲ੍ਹੀ। ਇਸ ਕਰਕੇ ਔਰ ਮੈਂ ਮੀਡੀਆ ਦੇ ਵੀ ਹੈਰਾਨ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ
ਜਿਹੜੀਆਂ ਚੰਗੀਆਂ ਗੱਲਾਂ ਉਹਦੇ ਤੇ ਕੋਈ ਸਵਾਲ ਨਹੀਂ ਪੁੱਛਦਾ। ਅੱਜ ਤੱਕ ਕਿਸੇ ਨੇ ਕਟਾਰੂ ਚੱਕ ਦਾ ਸਵਾਲ ਨਹੀਂ ਪੁੱਛਿਆ, ਕਿਸੇ ਨੇ ਸਰਬਜੀਤ ਕੌਰ ਮਾਣੂਕੇ ਨੇ ਕਿਉਂ ਕਬਜ਼ਾ ਕੀਤਾ NRI ਦੀ ਕੋਠੀ ਦਾ, ਉਹਦਾ ਕੋਈ ਸਵਾਲ ਨਹੀਂ ਪੁੱਛਿਆ। ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਆਈ, ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ। ਔਰ ਜਿਹੜੇ ਮੈਂ ਮੁੱਦੇ ਉਠਾਏ, ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਓਪੋਜੀਸ਼ਨ ਵੀ ਸਹਿਮ ਗਈ, ਡਰ ਗਈ, ਕਿਉਂਕਿ ਹਰੇਕ ਆਦਮੀ ਡਰਦਾ ਵਾ, ਉਹਦੇ ਘਰ ਵਿੱਚ ਬੱਚਾ ਬੱਚੇ ਨੇ, ਔਰਤਾਂ ਨੇ। ਅਗਲਾ ਕਹਿੰਦਾ ਇਸ ਮੂਰਖ ਦੇ ਨਾਲ ਮੱਥਾ ਲਾ ਕੇ ਐਵੇਂ ਕਾਹਦੇ ਲਈ ਆਪਣੀ ਇਸ ਤਰ੍ਹਾਂ ਦਾ ਜ਼ਿੰਦਗੀ ਨੂੰ ਖਤਰੇ 'ਚ ਪਾਉਣਾ, ਕਿਉਂਕਿ ਇਹ ਜਿਹੜੇ ਮੁਕੱਦਮੇ ਬਣਾਉਣਾ ਜਾਣਦਾ NDPS ਵਗੈਰੇ, ਇਹ ਲਾਈਫ ਥਰੈਟਨਿੰਗ ਕੇਸਿਸ ਨੇ, ਮੈਂ ਭੁਗਤੇ ਨੇ, ਮੈਨੂੰ ਪਤਾ ਵਾ ਕਿ ਇਹਦੇ 'ਚ ਕੀ ਹੁੰਦਾ ਵਾ। ਔਰ ਹੁਣ ਕੇਜਰੀਵਾਲ ਤੇ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਹੋਏ, ਚੀਕਾਂ ਮਾਰਦੇ ਫਿਰਦੇ ਸਾਰੇ। ਇਸ ਕਰਕੇ ਮੈਂ ਤਾਂ ਸਮਝਦਾ ਕਿ ਅੱਜ ਇਹਨੂੰ ਮਾਫ਼ੀ ਮੰਗਣੀ ਚਾਹੀਦੀ, ਇਹ ਆਪਣੇ ਪੰਜਾਬੀ ਦੇ ਟੈਸਟ ਵਿੱਚ ਫੇਲ ਹੋ ਗਿਆ, ਦੂਜਿਆਂ ਨੂੰ ਪੰਜਾਬੀ ਸਿਖਾਉਂਦਾ ਸਿਖਾਉਂਦਾ। ਔਰ ਮੈਂ ਸਮਝ ਨਹੀਂ ਆਉਂਦੀ ਕਿ ਅੰਗਰੇਜ਼ੀ ਸਿੱਖਣਾ ਕੋਈ ਮਾੜੀ ਗੱਲ ਹੈ, ਤੇ ਤੇਰੇ ਜਿਹੜੇ ਪਹਿਲੀ ਘਰਵਾਲੀ ਤੋਂ ਬੱਚੇ ਸੀਗੇ ਕਿ ਉਹਨਾਂ ਨੂੰ ਤੁਸੀਂ ਸਤੌਜ ਪਿੰਡ ਵਿੱਚ ਪੜ੍ਹਾਇਆ ਸੀ ਪੰਜਾਬੀ ਸਕੂਲ 'ਚ, ਉਹ ਵੀ ਵਿਦੇਸ਼ਾਂ 'ਚ ਰਹਿ ਕੇ ਅੰਗਰੇਜ਼ੀ ਬੋਲਦੇ ਨੇ, ਅੰਗਰੇਜ਼ੀ ਸਿੱਖਦੇ ਨੇ, ਅੰਗਰੇਜ਼ੀ ਵੈਸੇ ਵੀ ਵਰਲਡ ਲੈਂਗੁਏਜ ਆ, ਆਪਣੇ ਆਪ ਨੂੰ ਐਜੂਕੇਟ ਕਰਨਾ ਕੋਈ ਮਾੜੀ ਗੱਲ ਕੀ ਮਾੜੀ ਗੱਲ ਹੈ? ਐਂ ਤਾਂ ਫਿਰ ਤੁਸੀਂ ਪੰਜਾਬ ਦੇ ਵਿੱਚ ਸਾਰੇ ਅੰਗਰੇਜ਼ੀ ਜਿਹੜੀ ਕਲਾਸਿਸ ਬੰਦ ਕਰ ਦਿਓ ਤੇ ਪੰਜਾਬੀ ਵਿੱਚ ਹੀ ਸਾਰੇ ਪੰਜਾਬ ਨੂੰ ਪੜ੍ਹਾਓ ਤਾਂ ਕਿ ਕਿਸੇ ਪਾਸੇ ਕੰਪੀਟ ਹੀ ਨਾ ਕਰ ਸਕਣ। ਸੋ ਜਿਹੜੀਆਂ ਤੇਰੇ ਆਪਣੇ 'ਚ ਕਮਜ਼ੋਰੀਆਂ ਵਾ ਉਹਦਾ ਗੁੱਸਾ ਦੂਸਰਿਆਂ 'ਤੇ ਮਤ ਕੱਢੋ। ਔਰ ਅੱਜ ਤਾਂ ਮੈਂ ਸਮਝਦਾ ਕਿ ਸੂਲਨ ਤੈਨੂੰ ਇੱਕ ਜੇ ਤੇਰੇ 'ਚ ਮਾੜੀ ਮੋਟੀ ਕੋਈ ਸੰਗ ਬਕਾਇਆ ਹੈ, ਨਹੀਂ ਵੈਸੇ ਬਾਕੀ ਮੈਨੂੰ ਦਿਸਦੀ, ਪਰ ਇੰਨੀ ਜਿਹੀ ਵੀ ਸੰਗ ਤੇਰੇ 'ਚ ਬਕਾਇਆ ਤਾਂ ਜਿਹੜਾ ਤੂੰ ਆਪ ਜਿਹੜੇ ਸ਼ਬਦ ਆਪ ਹੀ ਗਲਤ ਬੋਲ ਗਿਆ ਚੰਡੀਗੜ੍ਹ ਦੇ ਵਾਸਤੇ, ਉਹਦੇ ਲਈ ਜਨਤਕ ਮਾਫ਼ੀ ਮੰਗ। ਔਰ ਜਿਹੜੇ ਆਪਣੇ ਪੋਲੀਟੀਕਲ ਓਪੋਨੈਂਟਸ 'ਤੇ ਤੁਸੀਂ ਗਲਤ ਭਾਸ਼ਾ ਵਰਤਦੇ ਹੋ, ਉਹਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਉਹਦੇ ਵਾਸਤੇ ਵੀ ਤੈਨੂੰ ਮਾਫ਼ੀ ਮੰਗਣੀ ਚਾਹੀਦੀ ਆ। ਇਹ ਅੱਜ ਮੇਰਾ ਵਿਸ਼ਾ ਸੀਗਾ। ਅਗਰ ਤੁਹਾਨੂੰ ਲੱਗਿਆ ਠੀਕ ਹੈ ਮੈਂ ਜਾਇਜ਼ ਗੱਲ ਕੀਤੀ, ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਇਸ ਮੂਰਖ ਇਸ ਬਦਤਮੀਜ਼ ਚੀਫ ਮਿਨਿਸਟਰ ਤੱਕ ਮੇਰੀ ਇਹ ਵੀਡੀਓ ਪਹੁੰਚ ਸਕੇ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।